ਭਾਈ ਮੌਲਵੀ ਆਸ਼ਿਕ ਹੁਸੈਨ ਪੜ੍ਹਦੇ ਪੈਣ ਸਭ ਤੋਂ ਪਹਿਲਾਂ ਸ਼ਹੀਦ ਹੁਸੈਨ ਦਾ ਸੋਹਣਾ ਪੁੱਤਰ ਅਕਬਰ ਤੂੰ ਸੁਣ ਕੇ ਰੋਂਦੇ ਦੁਨੀਆਂ ਕੇ ਜਾਣੇ ਜੋ ਅਕਬਰ ਕੇ ਦਾ ਸੋਹਣਾ ਉਹ ਮੈਂ ਸਰ ਖੇਤੀ ਹਾਂ ਲੇਕਿਨ ਅਜੀਬ ਮਾਵਾਂ ਹਨ ਕਰ ਬਲਾ ਵਿੱਚ ਇੱਕ ਮਾਂ ਦੇ ਇੱਕ ਨਹੀਂ ਤੂੰ ਲੱਛਣ ਯੱਕੇ ਬਾਦ ਤੀਗਰੇ ਨਹੀਂ ਰੱਲੇ ਲੱਛਣ ਮੈਂ ਲੱਥੇ ਪਿਆਰ ਲਾ ਜਿਹਨਾਂ ਲਹਾਇਤ ਨੂੰ ਮੁਸਲਮਾਨ ਹਨ ਉਹਨਾਂ ਦੇ ਹੱਥ ਹਥਿਆਰ ਖਾ ਲੈਣਾ ਹੈ ਲੇਕਿਨ ਇਹਨਾਂ ਝੜਾਂ ਵਾਲੇ ਬੱਚਿਆਂ ਦੀ ਉਮਰ ਇਤਨੀ ਆਈ ਵੱਡੇ ਤਾਕੇ ਮਾਮਾ ਮੇਰਾ ਸਲਾਮ ਹੋਈ ਲੇਕਿਨ ਛੋਟਾ ਆਖੇ ਅੰਮਾ ਮੈਂ ਗੋੜੇ ਹੁੰਦੇ ਦੂਜਾ ਬਣ ਸਕਦਾ ਮੇਰੇ ਮਜ਼ਲੂਮ ਇਮਾਮ ਨੇ ਕੀਤੀ ਤਿਆਰੀ ਭੇਣ ਪੁੱਛਿਆ ਹੁਸੈਨ ਕਿਨਵੈਨ ਹੈ ਫਰਮੈਨ ਤੇਰੇ ਪੁੱਤਰ ਘੋੜਿਆਂ ਤੋਂ ਜੰਗ ਹੈ ਬੀਬੀ ਅਜੀਤ ਤੇਰੇ ਅਕਬਰ ਦੱਸੀ ਕੀ ਹੈ ਵੱਡੇ ਤਾਂ ਆਖਿਆ ਮਾਮਾ ਮੇਰਾ ਸਲਾਮ ਹੋਈ ਛੋਟੇ ਆਖੇ ਅੰਮਾ ਮੈਂ ਘੋੜੇ ਖੁਦਾ ਨਾ ਕਰੇ ਬੀਬੀ ਅਜੀਤ ਹੁਸੈਨ ਛਣ ਜੋ ਪੈਣ ਤੇਰੇ ਅਕਬਰ ਦੱਸੀ ਦੀ ਹੈ ਹੁਣ ਤੂੰ ਕਿਨਵੈਨ ਹੈ ਫਰਮੈਨ ਮੈਂ ਉਹਨਾਂ ਦੀਆਂ ਲਾਸ਼ਾਂ ਚਾਹਵਾਂ ਬੀਬੀਆਂ ਜੀ ਨਾ ਚਾਵੇਂ ਲਾਸ਼ਾਂ ਤਾਂ ਕਿਆ ਹੋ ਸੀ ਨਾ ਚਾਵੇਂ ਲਾਸ਼ਾਂ ਤਾਂ ਕਿਆ ਹੋ ਸੀ ਨਾ ਚਾਵੇਂ ਲਾਸ਼ਾਂ ਤਾਂ ਕਿਆ ਹੋ ਸੀ ਪਰ ਮੈਨੂੰ ਜਿਹਨਾਂ ਨਾਲ ਮੇਰੀ ਚੰਗੀ ਉਹ ਡਾਢੇ ਬੇਹਿਆ ਉਹ ਤੇਰੇ ਪੁੱਤਰਾਂ ਦੀਆਂ ਲਾਸ਼ਾਂ ਤੇ ਘੋੜੇ ਤੇ ਜਾ ਰਹੇ ਫਿਰਾਂ ਦਾ ਮੁਲਕ ਮੈਸ